खबर फाजिलका तो सामने आ रही है जिथे फाजिलका दे पिंड मुठियावाली तो जिंदा हैंड ग्रेनेड बरामद किया गया है। पुलिस वालों चलाए जा रहे सर्च अभियान के दौरान ये बरामदगी हुई है, जिस तों बाद मौके ते बंब निरोधक दस्ता भी पहुंचदा है अते जिंदा हैंड ग्रेनेड नूं मिट्टी पा के टकिया गया है। दसिए कि पुलिस वालों सर्च अभियान चलाया जा रहा है। पंजाब विधानसभा चोणां तों पहलां सरहदी इलाकियां दे विच सर्च अभियान जारी ने ते इसे सर्च अभियान दे दौरान ये बरामदगी हुई है। जिंदा हैंड ग्रेनेड फाजिलका दे पिंड मुठियावाली तो प्राप्त किया गया, बरामद किया गया। दस दिए कि मुठियावाली के नज़दीक सेम नाले के कंडे तो यह जिंदा हैंड ग्रनेड बरामद होया है। तो पुलिस वालों जानकारी दी गई है कि जिस हालत के मिलिया है ग्रनेड खस्ता हालत है, जंग लगी हुई है, जिस तो पता लगता है कि काफ़ी लंबे समय तो कई साल तो इतने ग्रनेड है जो दबिया होया सी, पर जिंदा हैंड ग्रनेड की बरामदगी पुलिस नू ਹੋਈ ਹੈ, ਜਿਸ ਤੋਂ ਬਾਅਦ ਬੰਬ ਨਿਰੋਧਕ ਦਸਤੇ ਵੱਲੋਂ ਇਸ ਨੂੰ ਡਿਫਿਊਜ਼ ਕੀਤਾ ਜਾਵੇਗਾ। ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਫਾਜ਼ਿਲਕਾ ਦੇ ਪਿੰਡ ਮੁਠਿਆਵਾਲੀ ਦੀਆਂ, ਜਿੱਥੋਂ ਕੋਲੋਂ ਦੀ ਲੰਘਦੇ ਸੇਮ ਨਾਲ ਦੇ ਕੰਡੇ ਤੋਂ ਇਹ ਜਿੰਦਾ ਹੈਂਡ ਗ੍ਰਨੇਡ ਬਰਾਮਦ ਕੀਤਾ ਗਿਆ ਹੈ। ਜੋ ਸੁਰੱਖਿਆ ਦੇ ਮਾਮਲੇ ਦੇ ਵਿੱਚ ਚੌਕਸ ਰਹਿੰਦੇ ਹੋਏ ਸਰਚ ਅਭਿਆਨ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਸੇ ਦੌਰਾਨ ਹੀ ਇਹ ਬਰਾਮਦਗੀ ਫਾਜ਼ਿਲਕਾ ਤੋਂ ਹੋਈ ਹੈ। ਪੰਜਾਬ ਦਾ ਸਰਹੱਦੀ ਇਲਾਕਾ ਹੈ ਫਾਜ਼ਿਲਕਾ ਅਤੇ ਬਾਰਡਰ ਤੋਂ ਥੋੜ੍ਹੀ ਦੂਰ ਹੀ ਇਸ ਫਾਜ਼ਿਲਕਾ ਦੇ ਪਿੰਡ ਮੁਠਿਆਵਾਲੀ ਤੋਂ ਇਹ ਜਿੰਦਾ ਹੈਂਡ ਗ੍ਰਨੇਡ ਬਰਾਮਦ ਕੀਤਾ ਗਿਆ ਹੈ। ਫਾਜ਼ਿਲਕਾ DSP ਵੱਲੋਂ ਆਖਿਆ ਗਿਆ ਹੈ ਕਿ ਜਿੰਦਾ ਬੰਬ ਹੈ, ਪਰ ਵੇਖਣ ਤੋਂ ਪਤਾ ਲੱਗਦਾ ਹੈ ਕਿ ਸੇਮ ਨਾਲੇ ਦੀ ਸਫਾਈ ਦੌਰਾਨ सेम नाले विचों ये उपर आया होगा। तो इस बारे हुण उच्च अधिकारियों को भी सूचित कर दिता गया है कि कुछ आख्या गया है फाजिलका DSP वालों की जानकारी दी गई है, आओ सुनाते हाँ। अज साडे मानयोग SSP साहब सीनियर अफसर बालातर अफसर वालों सू हुक्म कि इलैक्शन मद्देनजर रखते हुए असी सर्च अभियान रखे हुए ने जी तो पिंड होर बार जिते शक्की जगह तो अभी रेड करके सर्च करते हैं। अज मैं समेत SHO सदर समेत साड़ी सारी फोर्स ने अभी सर्च कर रहे थे। सर्च करते समय ये सेम नाले के किनारे सू ग्रनेड पिया मिले सू ਕਿਹੜਾ ਇਲਾਕਾ ਹੈ ਸਰ ਜਿੱਥੇ ਇਹ ਪਿੰਡ ਮੁੱਠੇਵਾਲਾ ਤੇ ਬਾਰਡਰ ਏਰੀਆ ਦੇ ਵਿੱਚ ਹੈ ਇਹ ਸੇਮ ਨਾਲੇ ਦੇ ਉੱਪਰ ਪੰਨ ਤੇ ਕਿਸ ਕੰਡੀਸ਼ਨ ਵਿੱਚ ਹੈਗਾ ਜੀ ਬੰਬ ਇਹ ਬਹੁਤ ਪੁਰਾਣਾ ਹੈਗਾ ਖਸਤਾ ਹਾਲ ਜਿਵੇਂ ਜਰ ਲੱਗੀ ਵੀ ਹੈ ਬਹੁਤ ਪੁਰਾਣਾ ਲੱਗਦਾ ਇਹ ਸ਼ਾਇਦ ਵੀ 1971 ਦੀ ਜੰਗ ਵੇਲੇ ਦਾ ਸ਼ਾਇਦ ਹੋਵੇਗਾ ਇਹ ਕਿੰਨੇ ਹੈਂਡ ਗ੍ਰਨੇਡ ਜੀ ਇੱਕੋ ਹੀ ਹੈਂਡ ਗ੍ਰਨੇਡ ਮਿਲੇ ਕੋਈ ਹੋਰ ਸਰਚ ਅਭਿਆਨ ਚੱਲ ਰਿਹਾ ਜੀ ਇਹਦੇ ਅਸੀਂ ਹਾਂ ਸਰਚ ਕਰ ਰਹੇ ਹਾਂ ਜੀ ਸਾਨੂੰ ਜੇ ਸਰਚ ਦੌਰਾਨ ਕੋਈ ਹੋਰ ਮਿਲਿਆ ਤਾਂ ਤੁਹਾਨੂੰ ਦੱਸਿਆ ਜਾਊਗਾ ਨਹੀਂ ਇਹ ਇਸ ਪੋਜੀਸ਼ਨ ਵਿੱਚ ਪਿਆ ਜਿਹੜਾ ਓਪਨਲੀ ਤੇ ਕੀ ਲੱਗਦਾ ਹੈਗਾ ਕੋਈ ਸ਼ੱਕ ਦੇ ਘੇਰੇ 'ਚ ਵੀ ਆਉਂਦੀ ਗੱਲ ਨਹੀਂ ਕੋਈ ਸ਼ੱਕ ਦੇ ਘੇਰੇ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਇਹ ਵੀ ਇਹ ਪਿੰਡਾਂ ਤੋਂ ਪਤਾ ਲੱਗਿਆ ਵੀ ਇਹਦੀ ਟਾਈਮ ਟੂ ਟਾਈਮ ਇਹਦੀ ਸਫਾਈ ਕਰਦੇ ਆ ਕਰੇਨ ਵਗੈਰਾ ਜੇ ਸਫਾਈ ਕਰਦੇ ਇਹਦੀ ਆਰਮੀ ਕਰਵਾਉਂਦੀ ਹੈ ਜਾਂ BSF ਕਰਵਾਉਂਦੀ ਹੈ ਵੀ ਹੋ ਸਕਦਾ ਉਦੋਂ ਇਹਦੇ 'ਚੋਂ ਨਿਕਲ ਕੇ ਇਹਦੇ ਕਰੇਨ ਦੇ ਉਹਦੇ ਰੇਤੇ ਦੇ ਨਾਲ ਉਦੋਂ ਕਿਤੇ ਬਾਹਰ ਆ ਗਿਆ ਹੋਵੇ ਇਹ ਜਿੰਦਾ ਬੰਬ ਹੈ ਜੀ ਇਹ ਜਿੰਦਾ ਬੰਬ ਹੈ ਜੀ ਫਿਰ ਕੋਈ ਬੰਬ ਨਿਰੋਧਕ ਦਸਤੇ ਨੂੰ ਕੋਈ ਸੂਚਨਾ ਹਾਂਜੀ ਹੁਣ ਬੰਬ ਡਿਸਪੋਜ਼ਲ ਟੀਮ ਅਸੀਂ ਬੁਲਾਵਾਂਗੇ ਤੇ ਫਿਰ ਉਹਨੂੰ ਡਿਸਟ੍ਰੈਕ ਕਰਾਵਾਂਗੇ ਜਿਹੜੀ ਸਰਚ ਅਭਿਆਨ ਕਿਸ ਸੰਬੰਧ 'ਚ ਕੀਤੀ ਜਾ ਰਹੀ ਹੈ ਜੀ ਜਿਹੜੀ ਪਿੰਡ ਦੀ ਇਲੈਕਸ਼ਨ ਦੇ ਮੱਦੇਨਜ਼ਰ ਵੀ ਕੋਈ ਡਰੱਗਸ ਦੇ ਤੇ ਉਹਨਾਂ ਦੇ ਮੱਦੇ ਸਰਚ ਕਰਦੇ ਕੀਤੀ ਜਾਂਦੀ ਹੈ ਇਹ ਬਾਰਡਰ ਏਰੀਆ ਦੇ ਅੰਦਰ ਹੀ ਸਾਰਾ ਬਰਾਮਦ ਜੀ ਹਾਂ ਬਾਰਡਰ ਏਰੀਆ ਹੈ ਠੀਕ